मैं हाँ तुहाड़ा अपना बलविंदर हाली ते तुसी देख रहे हो पंजाब डायरी। फरीदकोट दे विच 6 महीने पहला कारगिल दे शहीद गुरभेज सिंह दे परिवार दे विच्चों वारस गुरप्रीत सिंह दी लाश मिलती है। उस वेले परिवार नूं कोई शक ना जापिया ते जदों पोस्टमार्टम दी रिपोर्ट आई तां उसने सारे शक दूर कर दिते ते उस दे कतल होण दीआं संभावनावां सामने आईआं। परिवार ने पुलिस नूं दस्सिया कि इस दी एक प्रेमिका फरीदकोट शहर के माईखाना मुहल्ला विच रहण वाली आ ते उहनां नूं उस ते शक जा रहा कि उसने इसका कतल करके सिटिया। पुलिस की 6 महीने की तफ्तीश तो बाद आखिर पुलिस ने यह स्वीकार कर लिया, मन लिया ते उस औरत नूं गिरफ्तार कर लिया। पुलिस ने हुण खुलासा किया है कि इस औरत ने अपने पुत्र ते अपने जवाई दे नाल मिल के अपने इस प्रेमी का कतल कर दिता ते लाश नहरां ते सुट दित्ती। हुण पुलिस ने इस औरत नूं गिरफ्तार कर लिया है ते उस दे पुत ते जवाई नूं लब्भण लई छापेमारी की जा रही है। इस औरत दा रिमांड हासिल करके उस तों पुछगिछ की जा रही है कि कतल दे कारणां दी की वजह है ते उस नूं किस तरह कतल करके किहदे किहदे नाल होर साजबाज हो के कतल करके उत्थे सिटिया गया सी। 5-6 महीने पहले साधो तो डेड बॉडी मिली है नहरा तो की हालत सी ओ हाल तो बस ਕੁੱਟ ਮਾਰ ਕਰਕੇ ਉਹਨੂੰ ਸਿੱਟਿਆ ਸੀ ਲੱਗਦਾ ਜੀ। ਨਹਾਉਣ ਤੋਂ ਬਾਅਦ ਪਤਾ ਲੱਗਿਆ ਸਾਡਾ ਸੁੱਟਾ ਦੇ ਕੇ ਆਈ ਉਹਨੇ। ਉਦੋਂ ਪਹਿਲਾਂ ਸਾਨੂੰ ਨਹੀਂ ਪਤਾ ਲੱਗਾ ਕੁੱਟਿਆ ਮਾਰ ਕੀਤੀ ਹੈ ਨਹੀਂ ਕੀਤੀ। ਹੁਣ ਸਾਨੂੰ ਪਤਾ ਲੱਗ ਗਿਆ ਉਹ ਰਿਪੋਰਟ ਵੀ ਆ ਗਈ। ਜਦੋਂ ਪੁਲਿਸ ਨੇ ਮਤਲਬ ਉਹਨੇ ਕਾਰਵਾਈ ਕੀਤੀ ਸੀ ਉਸ ਤੋਂ ਬਾਅਦ ਤੁਸੀਂ ਕੋਈ ਬਿਆਨ ਲਗਾਏ ਸੀ ਵੀ ਇਹਨੂੰ ਕੋਈ ਸ਼ੱਕ ਸੀ ਕਹੇ ਸੀ? ਹਾਂ ਸ਼ੱਕ ਸੀਗਾ, ਮਤਲਬ ਅਖੇ ਵੀ ਪੁਲਿਸ ਬੋਰਡ ਮਾਡਲ ਆਊਗਾ ਤਾਂ ਫਿਰ ਹੀ ਇਹੀ ਕਹਿੰਦੀ ਕਾਰਵਾਈ ਕਰਾਂਗੇ। ਕਿਹਦੇ 'ਤੇ ਸ਼ੱਕ ਸੀਗਾ? ਟਰੱਕੂ ਜਨਾਨੀ ਸੀਗੀ, ਉਹਨਾਂ ਨਾਲ ਗੱਲਬਾਤ ਸੀਗੀ ਉਹਦੀ, दवाई खा के मर गया, गोलियां खादिया अटैक हो गया, आ हो गया, जो हो गया, मैं चलो जो कुछ भी होगा हम पोस्टमार्टम तो बाद ही फिर कार्रवाई करेंगे। चार 10 2022 ਨੂੰ ਡੈਡ ਬਾਡੀ ਮਿਲੀ ਸੀ ਨਹਿਰਾ ਤੋਂ ਜੀ, ਗੁਰਪ੍ਰੀਤ ਨਾਂ ਦੇ ਮੁੰਡੇ ਦੀ ਜੀ। ਉਹਦਾ 4 ਤਰੀਕ ਨੂੰ 174 ਦੀ ਕਾਰਵਾਈ ਕੀਤੀ ਗਈ, ਪੋਸਟਮਾਰਟਮ ਕਰਾਇਆ ਗਿਆ ਉਹਦੇ ਫਾਦਰ ਸਾਹਿਬ ਵੱਲੋਂ ਬਿਆਨ ਲਿਖ ਕੇ ਅਤੇ ਉਹਦਾ ਉਸ ਮੌਕੇ 'ਤੇ ਉਹਦਾ ਫੋਨ ਨਹੀਂ ਮਿਲਿਆ ਸੀਗਾ ਅਤੇ ਉਹਦੀ ਜਦੋਂ ਹੁਣ ਮੈਡੀਕਲ ਰਿਪੋਰਟ ਆਈ ਹੈ ਕਿਸੇ ਬਲੰਟ ਹਥਿਆਰ ਨਾਲ ਉਹਦੇ ਮਾਰ ਕੇ ਉਹਦਾ ਕਤਲ ਕੀਤਾ ਜਾਪਦਾ ਸੀਗਾ ਅਤੇ ਉਹਦੇ ਫੋਨ ਦੇ ਕਾਲ ਡਿਟੇਲ ਵੀ ਲਈ ਗਈ, ਉਹਦੇ ਫੋਨ 'ਚ ਹੋਰ ਵੀ ਟੈਕਨੀਕਲ ਪੁਆਇੰਟ ਚੈੱਕ ਕੀਤੇ ਗਏ। ਉਹ ਤੋਂ ਜਿਹੜਾ ਇੱਕ ਮੀਰਾ ਦੇਵੀ ਨਾਂ ਦੀ ਲੇਡੀ ਸੀ ਉਹਦੇ ਨਾਲ ਸੰਬੰਧ ਸੀ ਉਹ ਬੰਦੇ ਦੇ, ਉਹਦੇ ਕੋਲ ਆਇਆ ਸੀ, ਉਹ ਉਹਨਾਂ ਨੇ ਕਤਲ ਕਰਤਾ ਇਸ ਬੰਦੇ ਦਾ। ਤਾਂ ਹੁਣ ਆਪਾਂ 146/23 ਮੁਕੱਦਮਾ ਦਰਜ ਕੀਤਾ, 302 ਦਾ ਉਹਦੇ ਮੀਰਾ ਬਾਈ ਗ੍ਰਿਫਤਾਰ ਕਰ ਲਿਆ, ਅੱਜ ਪੇਸ਼ ਕੀਤੀ ਜੱਜ ਸਾਹਿਬ ਦੇ, ਤਾਂ 5 ਦਿਨ ਦਾ ਰਿਮਾਂਡ, 4 ਦਿਨ ਦਾ ਰਿਮਾਂਡ ਮਿਲਿਆ ਉਹਦਾ, ਅੱਗੇ ਪੁੱਛਗਿੱਛ ਹੋਰ ਸਖ਼ਤ ਕੀਤੀ ਜਾਊਗੀ। ਸਰ ਇਸ ਮਤਲਬ ਕੇਸ 'ਚ ਕਿਸੇ ਹੋਰ ਬੰਦੇ ਦੀ ਸ਼ਮੂਲੀਅਤ ਵੀ ਕੋਈ ਸਾਹਮਣੇ ਆਈ ਹੈ? ਹਾਂਜੀ, ਇਹਦੇ ਨਾਲ ਇਹਦਾ ਬੇਟਾ ਸੀਗਾ ਅਤੇ ਇਹਦਾ ਜਵਾਈ ਸੀ, ਜੋ ਕਿ ਜਵਾਈ ਇਹਨੂੰ ਰਾਤ ਨੂੰ ਡੈੱਡ ਬਾਡੀ ਨੂੰ ਉੱਥੇ ਛੱਡ ਕੇ ਆਏ ਆ ਨਹਿਰਾਂ 'ਤੇ। ਕੋਈ ਮੁੱਢਲੀ ਪੁੱਛਗਿੱਛ ਕੀ ਸਾਹਮਣੇ ਆਏ ਸਰ, ਕਤਲ ਕਿਉਂ ਕੀਤਾ? ਕਤਲ ਵਜ੍ਹਾ ਰਾਜਾ ਤਾਂ ਇਹੀ ਫਿਲਹਾਲ ਤਾਂ ਲੱਗਦੀ ਹੈ, ਕਿਉਂਕਿ ਇਹਦੀ ਮਾਂ ਕੋਲ ਆਉਂਦਾ ਹੁੰਦਾ ਸੀ ਗੁਰਪ੍ਰੀਤ, ਇਹਦਾ ਬੇਟਾ ਇਹਨੂੰ ਚੰਗਾ ਨਹੀਂ ਸਮਝਦਾ ਸੀ ਨਾ ਜੀ, ਇਹੀ ਵਜ੍ਹਾ ਲੱਗ ਰਹੀ ਹੈ। ਫਿਰ ਬਾਕੀ ਤਫਤੀਸ਼ ਚੱਲ ਰਹੀ ਹੈ ਅਤੇ ਜਿਹੜੇ ਬਾਕੀ 2 ਮੁਲਜ਼ਮ ਹੈ ਉਹਨਾਂ ਦੀ ਗ੍ਰਿਫਤਾਰੀ ਵਾਸਤੇ ਉਹਨਾਂ ਨੂੰ ਵੀ ਜਲਦੀ ਗ੍ਰਿਫਤਾਰ ਕਰ ਲਾਂਗੇ, 4 ਦਿਨ ਦਾ ਰਿਮਾਂਡ ਲਿਆ, ਉਹਨਾਂ ਨੂੰ ਪੁੱਛ ਕਰਾਂਗੇ ਕਿੱਥੇ ਆ, ਉਹਨਾਂ ਨੂੰ ਜਲਦੀ ਗ੍ਰਿਫਤਾਰ ਕੀਤਾ ਜਾਊਗਾ। ਇੱਕ ਵਾਰ ਤੁਹਾਨੂੰ ਬੇਨਤੀ ਕਰ ਦਵਾਂ ਕਿ ਅਗਰ ਤੁਸੀਂ ਸਾਡੇ ਚੈਨਲ 'ਤੇ ਅੱਜ ਨਵੇਂ ਹੋ ਅਤੇ ਹਾਲੇ ਤੱਕ ਸਾਡਾ ਚੈਨਲ ਫੋਲੋ ਨਹੀਂ ਕੀਤਾ ਤਾਂ ਕਿਰਪਾ ਕਰਕੇ ਇਸ ਨੂੰ ਫੋਲੋ ਕਰ ਲਓ, ਤਾਂ ਕਿ ਜਦੋਂ ਵੀ ਅਸੀਂ ਕੋਈ ਵੀਡੀਓ ਪਾਈਏ ਤਾਂ ਤੁਹਾਨੂੰ ਉਸਦਾ ਪਤਾ ਲੱਗ ਸਕੇ। ਸਾਡੀਆਂ ਖਬਰਾਂ, ਸਾਡਾ ਤਰੱਦਰ, ਸਾਡੀਆਂ ਕੋਸ਼ਿਸ਼ਾਂ ਅਗਰ ਤੁਹਾਨੂੰ ਠੀਕ ਲੱਗਦੀਆਂ ਤਾਂ ਇਹਨਾਂ ਨੂੰ ਆਪਣੇ ਦੋਸਤਾਂ ਦੇ ਨਾਲ, ਬਾਕੀ ਗਰੁੱਪਾਂ ਦੇ ਵਿੱਚ